ਅਸਲਾਮ ਵਾਲੇਕੁਮ ਜੀ, 20 ਰੁਪਏ 'ਚ ਅਸੀਂ ਪੂਰੇ ਹਫ਼ਤੇ ਦੀ ਸਬਜ਼ੀ ਜਿਹੜੀ ਹੈ ਉਹ ਬਣਾ ਲਈ ਹੈ। 2000 ਰੁਪਏ 4 ਫੁੱਟ ਜਗ੍ਹਾ ਜਿਹਦੇ 'ਚ ਮੈਂ ਇਸ 20 ਰੁਪਏ ਇਨਵੈਸਟ ਕਰਕੇ ਅਤੇ ਸਬਜ਼ੀ ਲਾਈ। ਥੋੜ੍ਹੀ ਜਿਹੀ ਮਿਹਨਤ ਕਰੋ ਅਤੇ ਆਪਣੀ ਸਬਜ਼ੀ ਘਰ ਦੀ ਕਰੋ, ਸਬਜ਼ੀ ਘਰ ਦੀ ਤੁਸੀਂ ਕਰੋ ਤਾਂ ਤੁਸੀਂ ਤਕਰੀਬਨ ਮਹੀਨੇ ਦਾ 15-20 ਹਜ਼ਾਰ ਰੁਪਇਆ ਬਚਾ ਲਓ। ਦੇ 20 ਰੁਪਏ ਲਾਵੋ, 15-20 ਹਜ਼ਾਰ ਰੁਪਇਆ ਬਚਾਵੋ। ਉਸ ਬਾਅਦ ਸਬਜ਼ੀ ਤਾਜ਼ੀ ਕਿਤੇ ਜਾ ਕੇ ਲਿਆਉਣ ਦੀ ਲੋੜ ਨਹੀਂ, ਘਰ ਜਿਹੜਾ ਸਬਜ਼ੀ ਤੁਹਾਨੂੰ ਲੱਭ ਜੇ। ਅਤੇ ਥੋੜ੍ਹੀ ਮਿਹਨਤ ਕਰੋ, ਮਹਿੰਗਾਈ ਅੱਗੇ ਲੰਮਿਆ ਨਹੀਂ ਪੈਣਾ, ਆਪਣੀ ਪੂਰੇ ਡਿਫੈਂਡ ਕਰਨਾ, ਇਹ ਮਦਦ ਕਰਨੀ ਹੈ। ਅਤੇ ਇਹਨੂੰ ਇਹ ਟੈਂਡਿਆਂ ਦੀ ਵੇਲ, ਅਤੇ ਇਹਦੇ ਨਾਲ ਵੀ ਮਾਸ਼ਾਅੱਲਾ ਫੁੱਲ ਫੁੱਲ ਲੱਗ ਰਹੇ ਨੇ। ਉਸ ਤੋਂ ਬਾਅਦ ਇਹ ਕਰੇਲੇ ਨੇ, ਇਹਦੇ ਫੁੱਲ ਲੱਗੇ ਨੇ, ਇਹਦੇ ਵੀ ਫਲ ਆ ਗਿਆ ਆਮ ਕਰੀਏ। ਉਸ ਤੋਂ ਬਾਅਦ ਇਹ ਤੋਰੀ, ਕਾਲੀ ਤੋਰੀ, ਇਹ ਰੱਸੀਆਂ 'ਚ ਬੰਨੀਆਂ ਸੀ ਟੁੱਟ ਟੁੱਟ 'ਚ। ਇਹ ਇੱਕ ਸਟੋਰ ਨੁਮਾ ਬਰਾਮਦਾ ਜਿਹਾ ਮੇਰੇ ਕੋਲ ਆਏ, ਇਹਦਾ ਮੈਂ ਯੂਜ ਕਰ ਰਿਹਾ ਇਹ ਕਬੂਤਰ ਆ ਕੇ। ਕਬੂਤਰਾਂ ਦੇ ਬਰੀਡਰ ਜੋੜੇ ਜਿਹੜੇ ਨੇ ਉਹ ਅੱਛੀ ਨਸਲ ਦੇ ਮੈਂ ਲਿਆਂਦੇ ਸੀ, ਅਤੇ ਉਹਨਾਂ ਦੇ ਕੋਈ ਬੱਚੇ ਲਿਆ ਕੇ ਅਤੇ ਬੱਚੇ ਸੇਲ ਕਰ ਰਹੇ ਨੇ। ਜਿਸ ਤਰ੍ਹਾਂ ਇਹ ਦੋ ਬੱਚੇ ਮਾਸ਼ਾਅੱਲਾ ਵੱਡੇ ਹੋ ਗਏ ਨੇ, ਬਕਾਇਆ ਇਸ ਇਹਦੇ ਥੱਲੇ ਵੀ ਬੱਚੇ ਨੇ, ਅਤੇ ਦੋ ਬੱਚੇ ਹੈ। ਅੱਗੇ ਮੈਂ 5 ਬੱਚੇ 5000 ਰੁਪਏ ਦੇ ਸੇਲ ਕੀਤੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਮੈਂ ਸੋਚ ਰਿਹਾ ਕਿ ਹੁਣ ਮੁਰਗੀਆਂ ਲਿਆਉਣੀਆਂ ਨੇ, ਅਤੇ ਮੁਰਗੀਆਂ ਲਿਆ ਕੇ ਅਤੇ ਉਹਨਾਂ ਵਾਸਤੇ ਇਹ ਜਗ੍ਹਾ ਜਿਹੜੀ ਵਕਫ ਕਰਨੀ ਹੈ। ਕਬੂਤਰ ਵੀ ਰਹਿਣ ਦੇ, ਇਹਦੇ 'ਚ ਮੁਰਗੀਆਂ ਵੀ, ਕਿਉਂਕਿ 50 ਰੁਪਏ ਦਾ ਅੰਡਾ, ਅਤੇ ਸਰਦੀਆਂ ਨੂੰ ਜਿਹੜੀਆਂ ਉਹ ਤਿਆਰ ਹੋ ਜਾਣਗੀਆਂ, ਅਤੇ ਅੰਡੇ ਵੀ ਘਰ ਦੇ ਹੋ ਜਾਣ। ਇਹ ਸਾਡੇ ਜੋੜੇ ਨੇ ਕਬੂਤਰਾਂ ਦੇ, ਉਹਦੀ ਦੀ ਉਮਰ ਤਕਰੀਬਨ 4 ਸਾਲ ਹੈ, ਅਤੇ ਗਰਮੀਆਂ ਸਾਰੀਆਂ ਸਾਨੂੰ ਕੰਮ ਦਿੰਦਾ। ਬਿਜਲੀ ਬੰਦ ਹੋਵੇ ਤਾਂ ਅਸੀਂ ਇਹਦੇ ਥੱਲੇ ਜਾਂਦਾ, ਵੈਸੇ ਵੀ ਇਹਦੇ ਥੱਲੇ ਜਿਹੜੀ ਹੈ ਉਹ ਛਾਂ ਨੈਚੁਰਲ ਹੁੰਦੀ, ਠੰਡੀ ਹੁੰਦੀ ਹੈ। ਇਹਦੇ ਥੱਲੇ ਅਸੀਂ ਜੇਠ ਅਤੇ ਆੜ ਦੋ ਮਹੀਨੇ ਜ਼ਿਆਦਾਤਰ ਵਕਤ ਸਾਡਾ ਇਹਦੇ ਥੱਲੇ ਗੁਜ਼ਰਦਾ। ਅਤੇ ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਰੱਬ ਰੱਖ।